ये तालाबंदी तो 1919 13 अप्रैल 1919 जनरल डायर ने भी की सी तो उन्हें भी अंधाधुन गोलियां चलाईया सी। मोदी सरकार भी ब्रिटिश सरकार वांगू हुक्मरान हुक्म चला रही आ भी इंज लगता भी उवें जनरल डायर इतने घूमता 144 धारा लगी ही आ। सानू अपने वड्डियां नू याद करन तो रोकिया गया और इहदे च साबित हो गया कि असीं आजाद देश दे गुलाम नागरिक हाँ। करोना के नाँ के उत्ते सारिया बीमारियां खत्म हो गई हैं। जिहड़ा कोई किडनी नाल फेल हुंदी आ ओह मरदा ओह वी करोना, जिहड़ा हार्ट फेल नाल मरदा ओह वी करोना। एक जनरल डायर से मर गया और दूजा जनरल डायर पैदा हो गया। अच्छे दिन आएंगे लोगों के खाते में 15-15 लाख। अच्छे दिन उस कुत्ते के पुत्र दे, अच्छे दिन उस कुत्ते के पुत्र दे आए हैं। जवाहरलाल नेहरू यूनिवर्सिटी के चरस दिया कुड़ियां सप्लाई करता सी नरेंद्र मोदी, प्यो एदा शराब महाराष्ट्र तो लिया के कोई राज्य सप्लाई करता सी। ਗੱਲਬਾਤ ਕਰਨ ਸਾਡੇ ਨਾਲ ਕੀ ਕਹਿਣਾ ਚਾਹੋਗੇ? ਅੱਜ ਤੁਸੀਂ ਜਲਿਆਂ ਬਾਗ ਆਏ ਆਪਣੇ ਪਰਿਵਾਰਾਂ ਨੂੰ ਜਿਹੜਾ ਸ਼ਹੀਦੀ ਦਿਨ, ਕਿਉਂ ਨਹੀਂ ਤੁਹਾਨੂੰ ਅੰਦਰ ਜਾਤਾ ਗਿਆ? ਮਨ ਭਰ ਲਿਆ ਹੈ। ਕੀ ਕਹਿਣਾ, ਕੀ ਕਹਿੰਦੇ ਮਨ? ਘਰ ਮੁੱਲ ਨਹੀਂ ਪਾਇਆ ਜੀ, ਉਹਨਾਂ ਜਾਂ ਕਿਸੇ ਨੇ ਮੁੱਲ ਨਹੀਂ ਪਾਇਆ। ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ। ਜਲਿਆਂ ਵਾਲੇ ਵਾਕਿਆ ਨੂੰ ਜਿਹੜਾ ਵਾ 102 ਸਾਲ ਹੋ ਚੁੱਕੇ ਨੇ, ਤਾਂ ਤਸਵੀਰਾਂ ਵਿਖਾਵਾਂਗੇ ਜਲਿਆਂ ਬਾਗ ਦੀਆਂ। ਕਿਸ ਤਰ੍ਹਾਂ ਅੱਜ ਜਿਹੜੇ ਉਹ ਪਰਿਵਾਰ ਜਿਹੜੇ ਨੇ ਆਪਣੇ ਸ਼ਹੀਦ ਹੋਏ ਜਿਹੜੇ ਪਰਿਵਾਰ ਸੀ ਉਸ ਟਾਈਮ 'ਤੇ ਉਹਨਾਂ ਨੂੰ ਅੱਜ ਸ਼ਰਧਾਂਜਲੀ ਦੇਣ ਵਾਸਤੇ ਪਹੁੰਚੇ ਨੇ। ਅਤੇ ਤੁਸੀਂ ਦੇਖ ਰਹੇ ਹੋ ਪੁਲਿਸ ਬਲ ਜਿਹੜਾ ਵਾ ਭਾਰੀ ਬਲ ਜਿਹੜਾ ਵਾ ਪੁਲਿਸ ਦੀ ਤਨਾਤ ਕੀਤੀ ਗਈ ਆ ਅਤੇ ਕਿਹਾ ਗਿਆ ਵੀ ਜਿਹੜਾ ਵਾ ਕਰੋਨਾ ਮਹਾਂਮਾਰੀ ਕਰਕੇ ਜਿਹੜਾ ਜਲਿਆਂ ਵਾਲਾ ਬਾਗ ਜਿਹੜਾ ਵਾ ਉਹ ਬੰਦ ਕਰ ਦਿੱਤਾ ਗਿਆ ਵਾ ਅਤੇ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਆ ਬਾਹਰ ਹੀ ਜਿਹੜੀ ਦੇਣੀ ਪਈ ਆ, ਇਸ ਕਰਕੇ ਉਹਨਾਂ ਦੇ ਮਨਾਂ 'ਚ ਰੋਹ ਸੀ। ਉਹਨਾਂ ਨੇ ਧਰਨਾ ਪ੍ਰਦਰਸ਼ਨ ਜਿਹੜੀ ਵੀ ਆ ਕੀਤਾ ਗਿਆ ਵਾ ਬਾਹਰ ਬੈਠ ਕੇ ਅਤੇ ਗੇਟ ਉਹਨਾਂ ਗੱਲਬਾਤ ਕਰਦੇ ਆ ਉਸ ਪਰਿਵਾਰਾਂ ਦੇ ਨਾਲ, ਪੁੱਛਦੇ ਆ ਵੀ ਕੀ ਕਹਿਣਾ ਚਾਹੁੰਦੇ ਹੋ, ਕਿੰਨੀ ਕੁ ਮਨ 'ਚ ਨਾਰਾਜ਼ੀ ਆ ਇਸ ਨੂੰ ਲੈ ਕੇ, ਸਰਕਾਰਾਂ ਜਿਹੜੀਆਂ ਵਾ ਕਿਉਂ ਨਹੀਂ ਜਿਹੜੀ ਅੱਜ ਦੇ ਦਿਨ ਜਿਹੜੀ ਆ ਉਹਨਾਂ ਯਾਦ ਰੱਖਦੀਆਂ ਅਤੇ ਆਪ ਗੱਲਬਾਤ ਕਰਦੇ ਆ ਉਹਨਾਂ ਨਾਲ। ਸ਼ਹੀਦਾਂ ਦੇ ਪਰਿਵਾਰ ਜਿਹੜੇ ਸਦੱਸ ਨੇ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਕੀ ਕਹਿਣਾ ਚਾਹੋਗੇ ਅੱਜ ਤੁਸੀਂ ਜਲਿਆਂ ਵਾਲਾ ਬਾਗ ਆਏ ਜੇ, ਤੁਹਾਨੂੰ ਕਿਉਂ ਨਹੀਂ ਇੰਤਜ਼ਾਰ ਤੱਕ ਗਿਆ? ਦੇਖੋ, ਮੇਰਾ ਨਾਮ ਸੁਨੀਲ ਕਪੂਰ ਹੈ। ਮੇਰੇ ਪੜਦਾਦਾ ਲਾਲਾ ਵਾਸੂਮਲ ਕਪੂਰ ਜੀ ਜਿਹੜੇ ਕਿ 2 ਗੋਲੀਆਂ ਲੱਗਣ ਨਾਲ ਸ਼ਹੀਦ ਹੋਏ ਸਨ, ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਜਿਵੇਂ ਕਿ ਅੱਜ ਜਿਵੇਂ ਸਰਕਾਰ ਨੇ ਤਾਲੇਬੰਦੀ ਕੀਤੀ ਆ, ਇਹ ਤਾਲਾਬੰਦੀ ਤਾਂ 1919 13 ਅਪ੍ਰੈਲ 1919 ਜਨਰਲ ਡਾਇਰ ਨੇ ਵੀ ਕੀਤੀ ਸੀ ਅਤੇ ਉਹਨੇ ਵੀ ਅੰਧਾਧੁੰਨ ਗੋਲੀਆਂ ਚਲਾਈਆਂ ਸੀ ਅਤੇ 1500 ਤੋਂ ਉੱਪਰ 79 ਲੋਕਾਂ ਨੂੰ ਜਿਹੜਾ ਉਹਨੇ ਸ਼ਹਾਦਤ ਦਾ ਜਾਮ ਦੇ ਦਿੱਤਾ ਸੀ। ਅੱਜ ਉਵੇਂ ਹੀ ਫਿਰ ਮੋਦੀ ਸਰਕਾਰ ਵੀ ਬ੍ਰਿਟਿਸ਼ ਸਰਕਾਰ ਵਾਂਗੂ ਹੁਕਮਰਾਨ ਹੁਕਮ ਚਲਾ ਰਹੀ ਆ ਵੀ ਇੰਝ ਲੱਗਦਾ ਵੀ ਉਵੇਂ ਹੀ ਜਨਰਲ ਡਾਇਰ ਇੱਥੇ ਘੁੰਮਦਾ, 144 ਧਾਰਾ ਲੱਗੀ ਹੀ ਆ ਅਤੇ ਉਵੇਂ ਹੀ ਨਾ ਦਲੀਲ ਆ, ਨਾ ਵਕੀਲ ਆ ਅਤੇ ਨਾ ਅਪੀਲ ਆ, ਰੌਲਾ ਟੈਕਟ ਹੀ ਲੱਗਾ ਆ ਅੱਜ ਵੀ। ਸੋ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਫੋਰਸ ਖਲੋਤੀ ਆ। ਅੱਜ ਇੰਝ ਲੱਗਦਾ ਵੀ ਫੋਰਸ ਖਲੋਤੀ ਆ ਵੀ ਉਵੇਂ ਹੀ ਫੋਰਸ ਖਲੋਤੀ ਹੋਊਗੀ ਕਿ ਸਿਰਫ ਗੋਲੀ ਦੇ ਆਦੇਸ਼ ਹੀ ਹੋਣੇ ਆ, ਬਾਕੀ ਚੀਜ਼ਾਂ ਤਾਂ ਸਾਰੀਆਂ ਇਹਨਾਂ ਨੇ ਕਰ ਹੀ ਦਿੱਤੀ। ਲੱਗਦਾ ਇੱਕ ਵਾਰੀ ਫਿਰ ਜੋ ਚੇਤੇ ਆ ਗਿਆ ਵੀ ਸ਼ਾਇਦ ਜਿਹੜਾ 1919 ਦਾ ਟਾਈਮ ਸੀ ਜਿਹੜਾ ਫਿਰ ਚੇਤੇ ਆ ਗਿਆ ਵੀ ਉਸੇ ਤਰ੍ਹਾਂ ਜਿਹੜੀ ਆ ਫੋਰਸ ਲੱਗੀ ਆ ਪੰਜਾਬ ਪੁਲਿਸ ਲੱਗਦੀ ਆ ਕਿ ਲੱਗਦਾ ਵੀ ਉਸੇ ਦਾ ਮਾਹੌਲ ਬਣਾਇਆ ਗਿਆ। ਅਸੀਂ ਗੁਰੂ ਮਹਾਰਾਜ ਦੀ ਧਰਤੀ 'ਤੇ ਉਹਦਾ ਹੀ ਅੰਸ਼ ਹਾਂ, ਸਾਡੇ ਬਜ਼ੁਰਗਾਂ ਨੇ ਵੀ ਉਦਾਂ ਹੀ ਸ਼ਹਾਦਤ ਦਿੱਤੀ ਆ। ਤੁਹਾਨੂੰ ਪਤਾ ਹੋਏਗਾ ਕਿ ਪਹਿਲੇ ਜਦੋਂ ਵੀ ਕੋਈ ਪੁੱਤ ਹੁੰਦਾ ਸੀ ਤਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਦਿੰਦੇ ਸੀ, ਪਹਿਲਾ ਪੁੱਤ ਸਾਡਾ ਸਿੱਖ ਧਰਮ ਲਈ ਹੁੰਦਾ ਸੀ। ਉਸ ਤੋਂ ਇਲਾਵਾ ਜੇ ਅੱਜ ਦੇਖਿਆ ਜਾਵੇ ਤਾਂ ਇਹ ਸ਼ਹਾਦਤ ਦਾ ਜਾਮ ਜਿਹੜਾ ਸੀ ਨਾ ਉਹ 13 ਅਪ੍ਰੈਲ 1919 ਨੂੰ ਸੀ, ਅੱਜ 2021 102 ਸਾਲ ਬੀਤਣ ਤੋਂ ਬਾਅਦ ਵੀ ਅਸੀਂ ਉੱਥੇ ਹੀ ਹਾਂ, ਉੱਥੇ ਹੀ ਖਲੋਤੇ ਹਾਂ, ਨਾ ਅੱਗੇ ਹੋਏ ਹਾਂ ਨਾ ਪਿੱਛੇ ਹੋਏ ਹਾਂ। ਕੀ ਕਹਿਣਾ ਚਾਹੋਗੇ ਅੱਜ ਵੀ ਜਿਹੜੀਆਂ ਸਰਕਾਰਾਂ ਨੇ ਜਿਹੜੇ ਸ਼ਹੀਦ ਹੋ ਚੁੱਕੇ ਸੀ ਉਹਨਾਂ ਪਰਿਵਾਰਾਂ ਨੂੰ ਸ਼ਹੀਦ ਜਿਹੜੀ ਆ ਸ਼ਹੀਦੀ ਜਿਹੜੀ ਕਰਾ ਨਹੀਂ ਦਿੱਤਾ ਅੱਜ ਤੱਕ, ਕੀ ਕਹਿਣਾ ਚਾਹੋਗੇ? ਦੇਖੋ, ਸ਼ਹੀਦਾਂ ਦਾ ਤੁਸੀਂ ਆਪ ਖੁਦ ਵੇਖੋ ਵੀ 31 ਜੁਲਾਈ 2020 ਨੂੰ ਰਾਸ਼ਟਰਪਤੀ ਜੀ ਨੂੰ ਪੱਤਰ ਲਿਖਿਆ ਸੀ ਅਸੀਂ ਕਿ ਸਾਡਾ ਬੰਦੇ ਸਨਮਾਨ ਪੱਤਰ ਤੇ ਸ਼ਹੀਦਾਂ ਨੂੰ ਦਿੱਤਾ ਜਾਵੇ। ਇੱਕ ਦੇਸ਼ ਦੇ ਸਰਵੋੱਚ ਨਾਗਰਿਕ ਵੱਲੋਂ ਪੱਤਰ ਗ੍ਰਹਿ ਮੰਤਰਾਲੇ 'ਚ ਭੇਜਿਆ ਜਾਂਦਾ 31 ਜੁਲਾਈ 2020 ਨੂੰ, ਠੀਕ ਹੈ? ਔਰ ਉਸ ਦਾ ਜਵਾਬ ਗ੍ਰਹਿ ਮੰਤਰਾਲੇ ਅੱਜ 10 ਮਹੀਨੇ ਤੋਂ ਨਹੀਂ ਦੇ ਰਿਹਾ। ਇਸ ਤੋਂ ਵੱਡੀ ਸ਼ਰਮਨਾਕ ਘਟਨਾ ਕੀ ਹੋ ਸਕਦੀ ਆ ਵੀ 10 ਮਹੀਨੇ ਜੇਕਰ ਰਾਸ਼ਟਰਪਤੀ ਪੱਤਰ ਲਿਖਦਾ ਪ੍ਰਧਾਨ ਮੰਤਰੀ ਨੂੰ ਅਤੇ ਗ੍ਰਹਿ ਮੰਤਰੀ ਨੂੰ, ਤਾਂ ਇਸ ਤੋਂ ਇਲਾਵਾ ਸ਼ਰਮਨਾਕ ਘਟਨਾ ਕੀ ਹੋ ਸਕਦੀ ਹੈ? ਇਸ ਤੋਂ ਜ਼ਿਆਦਾ ਸ਼ਰਮਨਾਕ ਘਟਨਾ ਕੀ ਹੋ ਸਕਦੀ? ਤੁਸੀਂ ਦੱਸੋ ਕੀ ਕਹਿਣਾ ਚਾਹੋਗੇ? ਤੁਸੀਂ ਹਰ ਸਾਲ ਇੱਥੇ ਆਉਂਦੇ ਜੇ, ਕਿੰਨੀ ਕੁ ਨਸ਼ਾ ਮਿਲਦੀ ਆ ਦੇਖਣ ਨੂੰ ਮਿਲਦਾ? ਪਿਛਲੇ ਸਾਲ ਆਏ ਸੀ ਉਦੋਂ ਵੀ ਖੁੱਲ੍ਹਾ ਸੀ ਕਿ ਉਦੋਂ ਬੰਦ ਸੀ? ਉਦੋਂ ਵੀ ਇਸ ਤਰ੍ਹਾਂ ਹੀ ਸੀ ਵੀ ਉਦੋਂ ਵੀ ਜਦੋਂ 100 ਸਾਲਾਂ ਮਨਾਇਆ ਸੀ ਤਾਂ ਅਸੀਂ ਤਾਂ ਸਾਨੂੰ ਤਾਂ ਚੀਫ ਮਿਨਿਸਟਰ ਸਾਹਿਬ ਨੇ ਕੈਪਟਨ ਅਮਰਿੰਦਰ ਸਿੰਘ ਨੇ ਟ੍ਰਿਬਿਊਨ ਦੇ ਪ੍ਰੋਗਰਾਮ 'ਚ ਸਨਮਾਨਿਤ ਕੀਤਾ ਸੀ, ਉਹ ਟ੍ਰਿਬਿਊਨ ਦਾ ਪ੍ਰੋਗਰਾਮ ਸੀ।
सरकार का प्रोग्राम नहीं सी उदो उपराष्ट्रपति जी आए सी लेकिन इतने पता लगा भी इतने शहीद परिवारों ने ता भी धक्के मुक्की की गई भी उन्होंने ना तो मंच से दिता स्थान तो ना उन्होंने वास्ते कोई जड़ा जिन्हों कहते सम्मानजनक कोई स्थान दिता पर अज भी तुम वेख सकते हो भी शरदा के पुल सपेट करने लिए असी फिर मोर्चिया के धरनिया बैठे हाँ इस तो शर्मनाक घटना की हो सकती है की कहना चाहोगे उत्थे जिहड़े दिल्ली विच जिहड़े ने किसान धरना प्रदर्शन कर रहे हैं इत्थे जिहड़े तुसीं इसी धरना प्रदर्शन कर रहे क्यों बार बार सानू जिहड़ियां इह साडे भरा ने साडे वीर आ साडे बापू ने वे जिन्हां ने वेखो भी अपनी साडी पंजाबियां दे विच सानू जिहड़ा ना 90% असीं शहादत दित्ती आ पर साडे विरसे नूं इह जिहड़ी केंद्र दी सरकार है इह हमेशा ही साडे नाल वितकरा करदी रही है इन्हां वितकरे कीते ने साडे नाल तुसी देखो भी 450 तो उपर साडे शहीद किसान भरा हो गए पर उहदे लई एक शब्द भी नहीं उहनां कोलों निकलिया भी उहनां लई कोई कोई शरदा दे फुल नहीं निकले भी भेंट किते गए भी कोई प्रधानमंत्री इहो जिहा होऊगा कोई गृह मंत्री इहो जिहा होऊगा राष्ट्रपति जी ने नहीं भेजिया दसो उह ते कॉमन है ਉਹਨਾਂ ਵੱਲੋਂ ਵੀ ਕੋਈ ਸੰਦੇਸ਼ ਨਹੀਂ ਗਿਆ ਕਿਸਾਨਾਂ ਨੂੰ ਇਸ ਤੋਂ ਵੱਡੀ ਹੋਰ ਚੀਜ਼ ਚਾਹੋਗੇ ਜਿਵੇਂ ਜਲਿਆ ਬਾਗ ਜਿਵੇਂ ਦੱਸਿਆ ਵੀ ਟਿਕਟ ਲਗਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਜਾਂ ਜਿਵੇਂ ਹੋਰ ਹੋਰ ਕਿਹਾ ਵੀ ਜਿਵੇਂ ਇਹਨਾਂ ਨੇ ਵੀ ਜਿੱਥੇ ਜਿਹੜਾ ਵਾ ਜਲਿਆ ਬਾਗ ਦਾ ਖੂਹ ਬਣਿਆ ਉਹਨੂੰ ਜਿਹੜਾ ਢਾਕ ਕੇ ਟਿਕਟਾਂ ਦਾ ਵਿਸ਼ੇ ਇਹ ਲਾਲ ਕਿਲੇ ਵਾਂਗੂ ਪ੍ਰਾਈਵੇਟ ਮਾਡਲ ਬਣ ਰਿਹਾ ਸਰਕਾਰ ਅੰਦਰੋਂ ਅੰਦਰ ਹੀ ਇਹਨੂੰ ਪ੍ਰਾਈਵੇਟ ਮਾਡਲ ਬਣਾ ਰਹੀ ਹੈ ਕੁਛ ਨਾ ਕੁਛ ਇਹੋ ਜਿਹਾ ਕੰਮ ਕਰ ਰਹੀ ਹੈ ਇਹ ਟੈਕਸ ਜਜੀਆ ਟੈਕਸ ਨਹੀਂ ਲੱਗਣ ਦੇਵਾਂਗੇ ਚਾਹੇ ਕੁਛ ਵੀ ਹੋ ਜਾਏ ਲੱਗਦਾ ਸੀ ਛੇੜਖਾਨੀ ਕਰਨੀ ਚਾਹੀਦੀ ਜਿਹੜੀ ਸਾਡੀ ਜਿਹੜੀ ਪੁਰਾਣੀ ਮਸਲੇ ਨਹੀਂ ਇਹ ਬਿਲਕੁਲ ਗੈਰ ਜ਼ਿੰਮੇਦਾਰ ਜਿਹੜਾ ਕਿ ਵੀ ਉਹ ਹੋਏ ਹੋਰ ਵੀ ਜਿਹੜੇ ਪਰਿਵਾਰ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇੱਥੇ ਜਿਹੜਾ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਜੇ ਕਿਉਂ ਨਹੀਂ ਤੁਹਾਨੂੰ ਜਿਹੜਾ ਇੱਥੇ ਕੀਤਾ ਗਿਆ ਮੈਂ ਫਰੀਡਮ ਫਾਈਟਰ ਸ਼੍ਰੀ ਰਾਮ ਲਾਲ ਭੱਲਾ ਜੀ ਦਾ ਬੇਟਾ ਹਾਂ ਔਰ ਜਿਨ੍ਹਾਂ ਨੇ ਦੇਸ਼ ਜੀ ਆਜ਼ਾਦ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ 22 ਸਾਲ 'ਚ ਜਾ ਕੱਟੀ ਔਰ ਦਸੰਬਰ 1947 ਦੇ ਵਿੱਚ ਮੁਲਤਾਨ ਜੇਲ੍ਹ ਤੋਂ ਪੈਦਲ ਅੰਮ੍ਰਿਤਸਰ ਪਹੁੰਚੇ ਔਰ ਅੱਜ ਅਸੀਂ ਆਪਣੇ ਪੁਰਾਣੇ ਸ਼ਹੀਦਾਂ ਨੂੰ ਯਾਦ ਕਰਨ ਦੇ ਵਾਸਤੇ ਆਏ ਹਾਂ ਔਰ ਇੱਕ ਸਾਲ ਦੇ ਬਾਅਦ ਪਹਿਲਾ ਚਾਂਸ ਹੈ ਕਿ ਜਿਹੜਾ ਸਾਨੂੰ ਆਪਣੇ ਵੱਡਿਆਂ ਨੂੰ ਯਾਦ ਕਰਨ ਤੋਂ ਰੋਕਿਆ ਗਿਆ ਔਰ ਇਹਦੇ 'ਚ ਸਾਬਤ ਹੋ ਗਿਆ ਕਿ ਅਸੀਂ ਆਜ਼ਾਦ ਦੇਸ਼ ਦੇ ਗੁਲਾਮ ਨਾਗਰਿਕ ਹਾਂ ਕੀ ਕਿਹਾ ਗਿਆ ਤੁਹਾਨੂੰ ਇੱਥੇ ਕਿਉਂ ਨਹੀਂ ਤੁਹਾਨੂੰ ਅੰਦਰ ਜਾਣ ਦਾ ਗਿਆ ਇੱਕ ਕਰੋਨਾ ਦਾ ਬਹਾਨਾ ਬਣਾਇਆ ਜਦਕਿ ਕਰੋਨਾ ਕੋਈ ਨਹੀਂ ਜਿੱਥੇ ਇੰਨੇ ਕਿ ਨਾਲ ਫੰਕਸ਼ਨ ਹੋ ਰਹੇ ਨੇ ਇੰਨੇ ਚੁਣਾਵ ਹੋ ਰਹੇ ਨੇ 5 ਸਟੇਟਾਂ 'ਚ ਚੁਣਾਵ ਹੋ ਰਹੇ ਨੇ ਉੱਥੇ ਕੋਈ ਕਰੋਨਾ ਨਹੀਂ ਹੁਣੇ ਕਿ ਨਾਲ ਜਿਹੜਾ ਪਿੱਛੇ ਚੁਣਾਵ ਹੋ ਕੇ ਗਿਆ ਉੱਥੇ ਕੋਈ ਕਰੋਨਾ ਨਹੀਂ ਇੱਕ ਕਰੋਨਾ ਦਾ ਇੱਕ ਬਹਾਨਾ ਹੈ ਇੱਕ ਦਹਿਸ਼ਤ ਪਾਈ ਹੋਈ ਹੈ ਇੱਕ ਕਰੋਨਾ ਦੇ ਨਾਂ ਦੇ ਕਰੋਨਾ ਦੇ ਨਾਂ ਦੇ ਉੱਤੇ ਸਾਰੀਆਂ ਬਿਮਾਰੀਆਂ ਖਤਮ ਹੋ ਗਈਆਂ ਜਿਹੜਾ ਕੋਈ ਕਿਡਨੀ ਨਾਲ ਫੇਲ ਹੁੰਦੀ ਆ ਉਹ ਮਰਦਾ ਉਹਨੂੰ ਵੀ ਕਰੋਨਾ ਜਿਹੜਾ ਉਹ ਹਾਰਟ ਫੇਲ ਨਾਲ ਮਰਦਾ ਉਹ ਵੀ ਕਰੋਨਾ ਹੁਣ ਕੋਈ ਪਬਲਿਕ ਨਹੀਂ ਕੋਈ ਕਿਨਾਂ ਲੈ ਮਲੇਰੀਆ ਨਹੀਂ ਕੋਈ ਡੇਂਗੂ ਨਹੀਂ ਹੁਣ ਸਿਰਫ ਇੱਕ ਕਰੋਨਾ ਦਾ ਇੱਕ ਬਹਾਨਾ ਹੈਗਾ ਇੱਕ ਲੋਕਾਂ ਨੂੰ ਦਹਿਸ਼ਤ ਪਾਈ ਹੋਈ ਹੈ ਕਿ ਕਰੋਨਾ ਦੇ ਨਾਂ ਦੇ ਉੱਤੇ ਕੀ ਕਹਿਣਾ ਚਾਹੋਗੇ ਜਿੱਥੇ ਕਿ ਸਰਕਾਰਾਂ ਦੀ ਅਸੀਂ ਦੇਖਿਆ ਵੀ ਰੈਲੀਆਂ ਹੋ ਰਹੀਆਂ ਨੇ ਵੱਡੇ ਵੱਡੇ ਪ੍ਰੋਗਰਾਮ ਹੋ ਰਹੇ ਨੇ ਫਿਰ ਜਿਹੜਾ ਤੁਹਾਨੂੰ ਅੰਦਰ ਜਾਣ ਕਿਉਂ ਨਹੀਂ ਦਿੱਤਾ ਗਿਆ ਇਹ ਇਸ ਕਰਕੇ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਇਹ ਉੱਤੇ ਸੈਂਟਰ 'ਚ BJP ਦੀ ਸਰਕਾਰ ਹੈ ਉਹ ਇਹੋ ਹੀ ਸਮਝਦੇ ਹੈ ਕਿ ਇਹ ਕਾਂਗਰਸ ਦਾ ਫੰਕਸ਼ਨ ਹੈ ਜਦਕਿ ਇਸ ਸਾਂਝੇ ਫਰੰਟ ਦੇ ਵਿੱਚ ਕਾਂਗਰਸ ਹੀ ਉਸ ਵੇਲੇ ਦੇ ਜੋ ਵੀ ਨੁਮਾਇੰਦੇ ਹੈਗੇ ਸੀ ਵਿੱਚੇ ਅਕਾਲੀ ਦਲ ਜਾਂ ਵਿੱਚੇ ਜੋ ਸਾਰੇ ਸਾਂਝੇ ਕਿਨਾਂ ਸਾਂਝੇ ਫਰੰਟ ਨੇ ਆਪਣੀਆਂ ਸ਼ਰਧਾਂਜਲੀਆਂ ਦਿੱਤੀਆਂ ਸੀ ਇਹ ਐਸ ਕੇ ਹੈ ਜਿਹੜੇ ਕਿ ਨਾਲ ਇੱਕ ਜਨਰਲ ਡਾਇਰ 'ਤੇ ਮਰ ਗਿਆ ਇਹ ਦੂਜਾ ਜਨਰਲ ਡਾਇਰ ਪੈਦਾ ਹੋ ਗਿਆ ਜਿਹਨੇ ਕਿ ਨਾਲ ਇਹ ਹਕੂਮਤ ਦਾ ਕਿ ਨਾਲ ਨਜਾਇਜ਼ ਲਾਭ ਲੈ ਰਹੇ ਆ ਕੀ ਕਹਿਣਾ ਚਾਹੋਗੇ ਜਿੱਥੇ ਕਿਸਾਨ ਸਾਡੇ ਵੀਰ ਨੇ ਦਿੱਲੀ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਜਿਹੜੇ ਇੱਥੋਂ ਅੱਜ ਜਲਿਆਂ ਬਾਗ ਦੇ ਬਾਅਦ ਤੁਸੀਂ ਵੀ ਆਪਣੇ ਪਰਿਵਾਰਾਂ ਦੇ ਜਿਹੜੀਆਂ ਸ਼ਹੀਦ ਹੋਏ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਏ ਪਰ ਕਿਉਂ ਨਹੀਂ ਤੁਹਾਨੂੰ ਅੰਦਰ ਜਾਣ ਦਿੱਤਾ ਕਿਉਂ ਸਰਕਾਰਾਂ ਜਿਹੜੀਆਂ ਇਸ ਦਾ ਧੱਕੇ ਕਰ ਰਹੀਆਂ ਨੇ ਉਹ ਬਿਲਕੁਲ ਜਿਹੜੇ ਉਹ ਧਰਨਾ ਦੇ ਰਹੇ ਨੇ ਉਹ ਬਿਲਕੁਲ ਠੀਕ ਧਰਨਾ ਦੇ ਰਹੇ ਅਸੀਂ ਉਹਨਾਂ ਧਰਨਾ ਦੇਣ ਵਾਲਿਆਂ ਦੇ ਨਾਲ ਹਾਂ ਅਸੀਂ ਸਾਡਾ ਸਹਿਯੋਗ ਹੈ ਉਹਨਾਂ ਨੂੰ ਉਹ ਜਿਹੜਾ ਧਰਨਾ ਦੇ ਰਹੇ ਨੇ ਉਹ ਸਾਡੇ ਲੋਕਾਂ ਲਈ ਉਹ ਦੇ ਰਹੇ ਆ ਸਾਡੇ ਸਾਰਿਆਂ ਨੇ ਤਾਂ ਦੇਸ਼ ਆਜ਼ਾਦ ਕਰਾਇਆ ਸੀ ਜ਼ਾਲਮਾਂ ਕੋਲੋਂ ਇਹਨਾਂ ਇਹ ਜਿਹੜੀ ਸਰਕਾਰ ਨੇ ਇਹ ਦੇਸ਼ ਨੂੰ ਸ਼ਾਹੂਕਾਰਾਂ ਦੇ ਵਿੱਚ ਗੁਲਾਮ ਬਣਾ ਦਿੱਤਾ ਸ਼ਾਹੂਕਾਰਾਂ ਦੇ ਵਿੱਚ ਵੇਚ ਦਿੱਤਾ ਰੇਲਵੇ ਸਟੇਸ਼ਨ ਪ੍ਰਾਈਵੇਟ ਬੈਂਕ ਪ੍ਰਾਈਵੇਟ ਹਵਾਈ ਏਰੀਆ ਪ੍ਰਾਈਵੇਟ ਔਰ ਇੱਥੋਂ ਤੱਕ ਕਿ ਬਿਜਲੀ ਜਿਹੜੀ ਸਪਲਾਈ ਆ ਉਹ ਵੀ ਪ੍ਰਾਈਵੇਟ ਇਹ ਟੋਟਲ ਇਹ ਇੱਕ ਪ੍ਰਾਈਵੇਟ ਦੇ ਨਾਂ ਦੇ ਉੱਤੇ ਇਹ ਪੁਰਾਣੇ ਕਿ ਨਾਲ ਦੁਆਲੇ ਕਢਾਉਣੇ ਚਾਹੁੰਦੇ ਨੇ ਇਹ ਜਿਹੜੇ ਸਰਕਾਰੀ ਬੈਂਕ ਬੰਦ ਕਰਕੇ ਪ੍ਰਾਈਵੇਟ ਬੈਂਕ ਆਉਣਗੇ ਪ੍ਰਾਈਵੇਟ ਬੈਂਕ ਸ਼ਾਹੂਕਾਰਾਂ ਦੇ ਅਧੀਨ ਹੋਣਗੇ ਜਿਹੜੇ ਸ਼ਾਹੂਕਾਰ ਦਾ ਪੈਸਾ ਹੋ ਜਾਏਗਾ ਉਹ ਦੁਆਲਾ ਕੱਢੇਗਾ ਮੁੜ ਕੇ ਕੋਈ ਲੈਣ ਦੇਣ ਨਹੀਂ
और पिछे भी जे बंबई के बीच तीन चार बैंक ने दुआले कड़े और लोगों को कुछ नहीं मिले, लोग अज भी तरस रहे हैं। की कहना चाहोगे मोदी ने जो कहना सियासत चाया सी, मोदी कहता सी अच्छे दिन आएंगे लोगों के खाते पंद्रह पंद्रह लाख अच्छे दिन उस कुत्ते के पुत्र दे अच्छे दिन उस कुत्ते के पुत्र दे आए हैं। जवाहर लाल नहरू यूनिवर्सिटी के चरस दियाँ पुड़ियाँ सप्लाई करता सी नरेंद्र मोदी प्यो ए शराब महाराष्ट्र तो लिया के गुजरात से सप्लाई करता सी। कहता मैं चाह बना बना के प्रधानमंत्री बिल्कुल चाह के नाँ के चरस दियाँ पुड़ियाँ सप्लाई करता सी, चाह के नाँ के उत्ते चरस सप्लाई करता सी। ऐसे करके तो जवाहर लाल यूनिवर्सिटी के खिलाफ है। ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਜਿਹੜੇ ਪਰਿਵਾਰ ਨੇ ਕਿਸ ਤਰ੍ਹਾਂ ਜਿਹੜੇ ਨੇ ਅੱਜ ਦੁੱਖ ਭਰੇ ਕਹਿ ਸਕਦੇ ਆ ਵੀ ਜਿਹਨਾਂ ਨੂੰ ਕਿੰਨਾ ਦੁੱਖ ਲੱਗਦੇ ਆ ਵੀ ਉਹਨਾਂ ਦੇ ਜਿਹੜੇ ਸ਼ਹੀਦ ਹੋ ਚੁੱਕੇ ਨੇ ਉਹ ਪਰਿਵਾਰ ਉਸ ਟਾਈਮ 'ਤੇ ਜਦੋਂ ਜਿਲ੍ਹਿਆਂ ਦੇ ਬਾਗ ਵਿੱਚ ਅੱਜ ਉਹ ਸ਼ਰਧਾਂਜਲੀ ਦੇਣ ਵਾਸਤੇ ਉਹਨਾਂ ਨੂੰ ਆ ਰਹੇ ਨੇ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੀਆਂ ਸਰਕਾਰਾਂ ਵੱਲੋਂ ਜਿਹੜੀਆਂ ਨਾਕਾਮੀਆਂ ਜਿਹੜੀਆਂ ਸਾਹਮਣੇ ਆਉਂਦੀਆਂ ਵਾ ਕਿ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਕਿਹਾ ਗਿਆ ਵੀ ਕਰੋਨਾ ਮਹਾਂਮਾਰੀ ਕਰਕੇ ਜਿਹੜਾ ਵਾ ਜਿਲ੍ਹਿਆਂ ਬਾਗ ਜਿਹੜਾ ਬੰਦ ਕਰ ਦਿੱਤਾ ਗਿਆ ਵਾ। ਇਸੇ ਕਰਕੇ ਇਸ ਪਰਿਵਾਰਾਂ ਵਿੱਚ ਨਾਰਾਜ਼ੀ ਤੁਸੀਂ ਦੇਖ ਰਹੇ ਹੋ, ਉਹਨਾਂ ਕਹਿਣਾ ਵੀ ਵੱਡੀਆਂ ਰੈਲੀਆਂ ਹੋ ਰਹੀਆਂ ਸਰਕਾਰਾਂ ਕਰ ਰਹੀਆਂ ਨਾ ਹੋਰ ਮੇਲੇ ਲੱਗ ਰਹੇ ਨੇ, ਫਿਰ ਜਿਹੜਾ ਸਾਨੂੰ ਹੀ ਕਿਉਂ ਜਿਹੜਾ ਵਾ ਇਹ ਤਾਂ ਸਾਡੇ ਨਾਲ ਕੀਤਾ ਜਾ ਰਿਹਾ ਸਾਡੇ ਪਰਿਵਾਰਾਂ ਨਾਲ ਕੀਤਾ ਜਾ ਰਿਹਾ। ਤੁਸੀਂ ਦੇਖ ਰਹੇ ਵੀ 25 ਪਰਿਵਾਰ ਜਿਹੜੇ ਕਮ ਕਮ ਹੈਗੇ ਇੱਥੇ ਆ ਜਿਹੜੇ ਨੇ ਇੱਥੇ ਧਰਮਸ਼ਨ ਕਰ ਰਹੇ ਨੇ ਜਿਲ੍ਹਿਆਂ ਬਾਗ ਦੇ ਬਾਗ ਅਤੇ ਹੋਰ ਗੱਲਬਾਤ ਕਰਾਂਗੇ, ਜਿਹੜੇ ਹੋਰ ਵੀ ਲੋਕ ਨੇ ਉਹਨਾਂ ਨੂੰ ਗੱਲਬਾਤ ਕਰਾਂਗੇ, ਉਹਨਾਂ ਪੁੱਛਾਂਗੇ ਵੀ ਕੀ ਕਰ ਰਹੇ ਜੀ ਗੱਲਬਾਤ ਕਰਨ, ਸਾਡੇ ਨਾਲ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਜਿਲ੍ਹਿਆਂ ਬਾਗ ਆਏ ਆਪਣੇ ਪਰਿਵਾਰਾਂ ਨੂੰ ਜਿਹੜਾ ਸ਼ਹੀਦੀ ਦੇਣ, ਕਿਉਂ ਨਹੀਂ ਤੁਹਾਨੂੰ ਅੰਦਰ ਜਾ ਦਿੱਤਾ ਗਿਆ? ਮਨ ਭਰ ਲਿਆ ਆਇਆ 1919 ਦੇ ਜਲ੍ਹਿਆਂ ਵਾਲੇ ਬਾਗ ਮੇਰੇ ਤਾਇਆ ਜੀ ਦੇ ਅੰਦਰ ਦੀ ਗੋਲੀ ਅੱਜੀ ਉਹਨਾਂ ਨੂੰ ਅਤੇ 2 ਸਾਲ ਦੀ ਉਹਨਾਂ ਨੂੰ ਕੈਚ ਹੋਈ ਅਤੇ 200 ਰੁਪਈਆ ਫਾਈਨ ਹੋਇਆ ਜੀ ਮੇਰੇ ਉਹਨਾਂ ਪਿਤਾ ਜੀ ਦੀ ਬਾਗ ਦੀ ਬਾਗ ਕਦਾ ਉਹ ਉਦੋਂ ਨਾਲ ਜਲ੍ਹਿਆਂ ਵਾਲੇ ਬਾਗ ਨਾਲ ਜੁੜਿਆ ਹੈ। ਹਰ ਸਾਲ ਆਈਦਾ, ਮੇਰੀ ਉਮਰ 65 ਸਾਲ ਦੀ ਹੋ ਗਈ ਹੈ। ਮੈਂ ਕਿਹਾ ਕਰੋ ਮੈਨੂੰ, ਮੈਂ ਸਾਂਭੀ ਰੋਜ਼ ਮੈਂ ਕਿਹਾ 65 ਸਾਲ ਆਇਆ ਹੋਵਾਂ ਮੈਂ ਭਲਵਾਨਾਂ ਦਾ ਜੀ ਪਿਤਾ ਜੀ ਦੇ ਨਾਲ ਤਾਇਆ ਜੀ ਦੇ ਨਾਲ ਉਹ ਪੂਰੇ ਹੋ ਗਏ ਜੀ, ਮੈਂ ਇਕੱਲਾ ਆਉਣਾ ਸ਼ੁਰੂ ਹੋ ਗਿਆ। ਪਰ ਕੀ ਕਹਿਣਾ ਚਾਹੋਗੇ ਸਭ ਤੋਂ ਵੱਧ ਪੰਜਾਬੀਆਂ ਦੀ ਜਿਹੜੀ ਆ ਕਹਿ ਸਕਦੇ ਵੀ ਆਜ਼ਾਦੀ ਦੌੜ ਵਿੱਚ ਬੜਾ ਹਿੱਸਾ ਰਹੀ, ਵੱਡਾ ਯੋਗਦਾਨ ਆ, ਕੀ ਕਹਿਣਾ ਕੀ ਮੰਨਦੇ ਹੋ? ਸਾਡਾ ਮੁੱਲ ਨਹੀਂ ਪਾਇਆ ਜੀ ਉਹਨਾਂ ਨੇ, ਜਾਂ ਕਿਸੇ ਨੇ ਮੁੱਲ ਨਹੀਂ ਪਾਇਆ। ਪਰ ਕੀ ਕਹਿਣਾ ਸਰਕਾਰਾਂ ਨੇ ਤੁਹਾਨੂੰ ਕਿਉਂ ਨਹੀਂ ਅੰਦਰ ਜਾ ਦਿੱਤਾ ਅੱਜ, ਕਿਉਂ ਨਹੀਂ ਤੁਹਾਨੂੰ ਜਿਹੜੀਆਂ ਸ਼ਰਧਾਂਜਲੀਆਂ ਜਿਹੜੀਆਂ ਦੇ ਦਿੱਤੀਆਂ ਪਰਿਵਾਰਾਂ ਨੂੰ? ਉਹ ਕਹਿੰਦਾ ਜੇਲ੍ਹ ਬੰਦ ਕੀਤਾ ਜੀ, ਕਹਿੰਦੇ ਕਰੋਨਾ ਹੈ, ਲੱਗਦਾ ਕਰੋਨਾ ਹੈਗਾ। ਤੁਸੀਂ ਇਹ ਜੋ ਕਿੰਨੇ ਇੰਨੇ ਬੰਦੇ, ਕਿਸੇ ਕੋਈ ਕਹਿ ਲਓ ਮੈਨੂੰ ਕਰੋਨਾ ਵਾਲਾ, ਤੁਹਾਨੂੰ ਕਰੋਨਾ ਵਾਲਾ ਜੀ? ਇਹਨਾਂ ਨੂੰ ਕਰੋਨਾ ਵਾਲਾ ਜੀ ਮੈਨੂੰ ਹੋਇਆ ਜੀ। ਕੀ ਕਹਿੰਦੀ ਕਿਉਂ ਜਿਹਦੇ ਕਰੋਨਾ ਨਹੀਂ ਹੈਗਾ ਅਤੇ ਕਿਉਂ ਸਰਕਾਰਾਂ ਜਿਹੜੀਆਂ ਵੱਡੀ ਵੱਡੀ ਰੈਲੀ ਕਰ ਰਹੀਆਂ ਨੇ, ਕਿਉਂ ਉੱਥੇ ਜਿਹੜਾ ਵਾ ਤੁਹਾਨੂੰ ਕਿਉਂ ਨਹੀਂ ਅੰਜਾਦ? ਇਹ ਜੀ ਬੀਜੇਪੀ ਦੇ ਕਾਂਗਰਸ ਦੀ ਗੱਲ, ਇਹ ਬਸ ਗੱਲ ਇੰਨੀ ਹੈ। ਇਹ ਕਹਿੰਦੇ ਸੋ ਵੀ ਜਿਹੜਾ ਵਾ ਜਲਿਆ ਬਾਗ ਜਿਹੜਾ ਵਾ ਛੇੜਖਾਨੀ ਕੀਤੀ ਜਾ ਰਹੀ ਹੈ ਉੱਥੇ, ਜਿਹੜਾ ਵਾ ਉਹ ਮਾਰਾ ਜਿਹੜਾ ਕਿਉਂ ਛੇੜੇ? ਉਹ ਗਲਤ ਕੀਤਾ ਹੈ, ਜੋ ਕਿਹੜਾ ਪਹਿਲਾ ਗੇਟ ਬਣਿਆ ਉਹ ਹੀ ਬੰਨਾ ਲੈਂਦੇ ਜੀ, ਸਾਡੇ ਤੋਂ ਜਿਹੜੇ ਬੱਚੇ ਆਉਂਦੇ ਉਹਨਾਂ ਨੂੰ ਪਤਾ ਜਲਿਆ ਬਾਗ ਕੀ ਹੋਇਆ ਜੀ ਅੰਦਰ, ਇਹ ਤਾਂ ਲੈਮੀਨੇਟਡ ਹੋ ਗਿਆ। ਇਹ ਗਲਤ ਕੀਤਾ, ਜੋ ਕੀਤਾ ਨਾ ਗਲਤ ਕੀਤਾ। ਸੁਣਿਆ ਵੀ ਟਿਕਟ ਵੀ ਕਹਿੰਦੇ ਲਾਉਣੀ ਜਾਂਦਾ ਜੀ? ਉਹ ਨਹੀਂ ਨਹੀਂ ਹੋ ਸਕਦਾ, ਉਹ ਬੰਦ ਹੋਣੀ ਚਾਹੀਦੀ ਹੈ, ਉਹ ਕੰਮ ਹੀ ਕਰਨਾ ਚਾਹੀਦਾ, ਬੜਾ ਪੈਸਾ ਗੌਰਮੈਂਟ ਕੋਲ ਹੈ। ਪਰਿਵਾਰ ਨੇ ਆਪਣੇ ਪਰਿਵਾਰ ਜਿਹੜੇ ਉਹਨਾਂ ਦੇ ਸ਼ਹੀਦ ਹੋ ਚੁੱਕੇ ਸੀ, ਅੱਜ 102 ਸਾਲ ਹੋ ਚੁੱਕੇ ਨੇ ਜਲਿਆਂ ਬਾਗ ਨੂੰ, ਅੱਜ ਉੱਥੇ ਉਹਨਾਂ ਸ਼ਰਧਾਂਜਲੀ ਦੇਣ ਵਾਸਤੇ ਵਿਸਾਖੀ ਹੋ ਦੇਣ ਆਏ ਨੇ, ਪਰ ਕਿਤੇ ਕਿਤੇ ਉਹਨਾਂ ਦੇ ਮਨਾਂ 'ਚ ਰੋਸ ਪਾਈ ਗਏ। ਤੁਸੀਂ ਦੇਖ ਰਹੇ ਵੀ ਉਹਨਾਂ ਨੇ ਬਾਹਰ ਹੀ ਖਿਲਾ ਕੇ ਖਲੋ ਕੇ ਜਿਹੜਾ ਵਾ ਸ਼ਰਧਾਂਜਲੀ ਦਿੱਤੀ ਆ ਅਤੇ ਅੰਦਰ ਨਹੀਂ ਜਾਣਤਾ ਗਿਆ। ਉਹਨਾਂ ਕਿਹਾ ਵੀ ਜਲਿਆਂ ਬਾਗ ਜਿਹੜਾ ਬੰਦ ਕੀਤਾ ਗਿਆ ਕਰੋਨਾ ਮਹਾਂਮਾਰੀ ਕਰਕੇ, ਅਤੇ ਉਹਨਾਂ ਕਿਹਾ ਵੀ ਸਰਕਾਰਾਂ ਜਿਹੜੀਆਂ ਵਾ ਇਸ ਗੱਲ ਵੱਲ ਧਿਆਨ ਦੇਣ, ਕਿਉਂਕਿ ਵੱਡੀ ਤਾਦਾਦ ਵਿੱਚ ਸਾਡੇ ਜਿਹੜੇ ਲੋਕ ਸ਼ਹੀਦ ਹੋਏ ਸੀ ਅੱਜ ਦੇ ਦਿਨ ਅੱਜ ਵਾਕੇ ਨੂੰ, ਪਰ ਕਿਉਂ ਨਹੀਂ ਜਿਹੜੀਆਂ ਸਰਕਾਰਾਂ ਜਿਹੜੀਆਂ ਯਾਦ ਰੱਖਦੀਆਂ ਨੇ? ਮੈਨੂੰ ਦਿਓ ਇਜਾਜ਼ਤ, ਮੈਂ ਹਾਂ ਤੁਹਾਡਾ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।